ऑटो वालों को 5,000 का जुर्माना किया जाता है। यहाँ ये सरकार जो है, पंजाब सरकार जो है, इतना धोखेबाज, इतना गद्दार और इतना क्या बोलते हैं वो कर रही है कि हर मजदूर को क्या बोलते हैं तंग किया जाता है। अगर हमारे लिए पब्लिक परेशान हो रही है तो हम तो अपने बच्चों के निवाला भी छोड़ रहे हैं। महंगा डीजल भी बढ़ गया, डीजल 4 रुपये बढ़ गया, महंगा हो गया, किराया बढ़ गया, ऊपर सवारी। ਸਤਿ ਸ਼੍ਰੀ ਅਕਾਲ, ਰੰਗਲਾ ਟੀ ਵੀ ਦੇਖ ਰਹੇ ਦਰਸ਼ਕਾਂ ਦਾ ਮੈਂ ਸਿਮਰਨ ਕੌਰ ਸਵਾਗਤ ਕਰਦੀ ਹਾਂ। 8 ਜਨਵਰੀ ਜਾਣੀ ਕਿ ਭਾਰਤ ਬੰਦ ਕਰਨ ਦਾ ਐਲਾਨ। ਇਹ ਐਲਾਨ ਭਾਰਤ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਕੀਤਾ ਗਿਆ ਸੀ ਅਤੇ ਇਸ ਦੇ ਵਿੱਚ ਪੰਜਾਬ ਦੀਆਂ 250 ਜਥੇਬੰਦੀਆਂ ਨੇ ਹਿੱਸਾ ਲਿਆ ਅਤੇ ਸਮਰਥਨ ਕੀਤਾ ਹੈ। ਕਿਹਾ ਗਿਆ ਸੀ ਕਿ ਆਵਾਜਾਈ ਠੱਪ ਕੀਤੀ ਜਾਵੇਗੀ, ਚੱਕਾ ਜਾਮ ਕੀਤਾ ਜਾਵੇਗਾ, ਸਬਜ਼ੀਆਂ ਦੁੱਧ ਦੀ ਸਪਲਾਈ ਨਹੀਂ ਕੀਤੀ ਜਾਵੇਗੀ, ਸ਼ਹਿਰਾਂ ਤੋਂ ਪਿੰਡਾਂ ਵਿੱਚ ਕੁਝ ਆਉਣ ਨਹੀਂ ਦਿੱਤਾ ਜਾਵੇਗਾ ਅਤੇ ਪਿੰਡਾਂ ਤੋਂ ਸ਼ਹਿਰਾਂ ਵਿੱਚ ਕੁਝ ਵੀ ਆਉਣ ਨਹੀਂ ਦਿੱਤਾ ਜਾਵੇਗਾ। ਇਸ ਟਾਈਮ ਅਸੀਂ ਖੜ੍ਹੇ ਹਾਂ ਬੱਸ ਸਟੈਂਡ ਦੇ ਅੰਦਰ। ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਕਿ ਬੱਸਾਂ ਦੀ ਆਵਾਜਾਈ ਲਗਾਤਾਰ ਆਪਣੇ ਨਿਯਮਿਤ ਰੂਪ ਨਾਲ ਹੋ ਰਹੀ ਹੈ। ਫਿਲਹਾਲ ਦੀ ਘੜੀ ਭਾਰਤ ਬੰਦ ਐਲਾਨ ਦਾ ਅਸਰ ਬੱਸਾਂ ਦੇ ਉੱਤੇ ਨਹੀਂ ਵੇਖਣ ਨੂੰ ਮਿਲ ਰਿਹਾ, ਆਵਾਜਾਈ ਨਿਯਮਿਤ ਰੂਪ ਨਾਲ ਪਹਿਲਾਂ ਦੀ ਤਰ੍ਹਾਂ ਹੀ ਹੋ ਰਹੀ ਹੈ। ਪਰ ਹਾਂ, ਇੱਕ ਚੀਜ਼ ਦੇਖਣ ਵਾਲੀ ਜ਼ਰੂਰ ਹੋ ਰਹੀ ਕਿ ਬੱਸ ਸਟੈਂਡ ਦੇ ਵਿੱਚ ਅੱਜ ਭੀੜ ਘੱਟ ਹੈ। ਸ਼ਾਇਦ ਲੋਕਾਂ ਨੂੰ ਪਤਾ ਸੀ ਕਿ ਅੱਜ ਭਾਰਤ ਬੰਦ ਕਰਨ ਦਾ ਐਲਾਨ ਕੀਤਾ ਗਿਆ ਅਤੇ ਸ਼ਾਇਦ ਲੋਕਾਂ ਨੇ ਅੱਜ ਆਪਣੇ ਕੰਮਕਾਰ ਛੱਡੇ ਹੋਣਗੇ। ਤੁਸੀਂ ਵੇਖ ਸਕਦੇ ਹੋ ਕਿ ਲੋਕਾਂ ਦੀ ਜਿਹੜੀ ਭੀੜ ਹੈ ਅੱਜ ਬਹੁਤ ਘੱਟ ਹੈ ਬੱਸ ਸਟੈਂਡ ਦੇ ਵਿੱਚ, ਪਰ ਹਾਂ, ਬੱਸਾਂ ਦੀ ਆਵਾਜਾਈ ਲਗਾਤਾਰ ਹੋ ਰਹੀ ਹੈ। ਇਸ ਵਕਤ ਸਾਡੇ ਨਾਲ ਮੌਜੂਦ ਨੇ ਸੋਸ਼ਲ ਵਰਕਰ ਅਲੀ ਬਮ ਜੀ, ਅਤੇ ਉਹਨਾਂ ਤੋਂ ਪੁੱਛਦੇ ਹਾਂ ਕਿ ਅੱਜ ਜਿਹੜਾ ਭਾਰਤ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ ਉਸ ਦਾ ਅਸਰ ਬੱਸ ਸਟੈਂਡ ਦੇ ਵਿੱਚ ਕਿੰਨਾ ਕੁ ਵੇਖਣ ਨੂੰ ਮਿਲ ਰਿਹਾ ਅਤੇ ਉਹਨਾਂ ਦਾ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ਼ ਕੀ ਕਹਿਣਾ ਹੈ? ਪਹਿਲਾਂ ਸਭ ਤੋਂ ਪਹਿਲਾਂ ਮੇਰੀ ਸਭ ਨੂੰ ਸਤਿ ਸ਼੍ਰੀ ਅਕਾਲ, ਸਲਾਮ ਅਲੈਕੁਮ। ਇਹ ਜੋ ਵੀ ਕੁਛ ਹੋ ਰਿਹਾ ਇਹ ਸਰਕਾਰਾਂ ਦੀ ਦੇਣ ਹੈ। ਸਰਕਾਰਾਂ ਚਾਹਣ ਮਿੰਟ 'ਚ ਕੁਛ ਕਰ ਸਕਦੀਆਂ ਨੇ। ਸਾਡੇ ਬੇਰੁਜ਼ਗਾਰੀ ਹੈ, ਬੇਰੁਜ਼ਗਾਰੀ ਨੂੰ ਦੇਖਦੇ ਹੋਏ ਹੁਣ ਸਾਡੇ ਅੱਜ ਕੱਲ੍ਹ ਦੇ ਨੌਜਵਾਨ ਨੂੰ ਨਸ਼ਾ ਮਿਲ ਰਿਹਾ, ਰੁਜ਼ਗਾਰ ਨਹੀਂ ਮਿਲ ਰਿਹਾ। ਨਸ਼ਾ ਬੰਦ ਹੋਣਾ ਚਾਹੀਦਾ, ਰੁਜ਼ਗਾਰ ਮਿਲਣਾ ਚਾਹੀਦਾ। ਜੋ ਸਰਕਾਰਾਂ ਦੀਆਂ ਨੀਤੀਆਂ ਨੇ, ਅੱਛੀਆਂ ਨੀਤੀਆਂ, ਇਹਨਾਂ ਨੂੰ ਅੱਗੇ ਆਉਣੀਆਂ ਚਾਹੀਦੀਆਂ ਨੇ। ਜੋ ਬੁਰੀਆਂ ਨੀਤੀਆਂ ਨੇ, ਸਰਕਾਰਾਂ ਨੂੰ ਬੰਦ ਕਰਨੀਆਂ ਚਾਹੀਦੀਆਂ। ਜੋ ਵੀ ਇਹ ਯੂਨੀਅਨਾਂ ਕਰ ਰਹੀਆਂ ਨੇ ਬਹੁਤ ਅੱਛਾ ਕਰ ਰਹੀਆਂ ਨੇ, ਲੇਕਿਨ ਜੋ ਪਬਲਿਕ ਆ ਉਹਨੂੰ ਹਰਾਸ ਨਾ ਕੀਤਾ ਜਾਵੇ। ਜੋ ਵੀ ਯੂਨੀਅਨ ਕਰ ਰਹੀ ਹੈ ਜਾਂ ਸਰਕਾਰ ਦਾ ਕਿਸੇ ਵੀ ਪ੍ਰਕਾਰ ਦਾ ਅੱਛੇ ਕੰਮਾਂ ਦਾ ਸਮਰਥਨ ਦੇਣਾ ਚਾਹੀਦਾ। ਜੋ ਸਰਕਾਰ ਦੇ ਬੁਰੇ ਕੰਮ ਨੇ ਉਹਨਾਂ ਵਾਸਤੇ ਸਾਨੂੰ ਇਹ ਜ਼ਰੂਰੀ ਹੈ ਵੀ ਅਸੀਂ ਆਵਾਜ਼ ਬੁਲੰਦ ਕਰੀਏ। ਸਾਡੇ ਕੋਲ ਇੱਕੇ ਨਾਰਾ ਹੈ, ਜੋ ਵੀ ਅਸੀਂ ਇਸ ਵਾਸਤੇ ਕਰ ਸਕਦੇ ਹਾਂ ਉਹ ਆ ਸਾਡੀ ਸਟ੍ਰਾਈਕ। ਪਰ ਬੇਰੁਜ਼ਗਾਰੀ ਨੂੰ ਦੇਖਦੇ ਹੋਏ ਅਸੀਂ ਉਹ ਸਟ੍ਰਾਈਕ ਵੀ ਨਹੀਂ ਕਰ ਸਕਦੇ, ਕਿਉਂਕਿ ਹਰੇਕ ਇਨਸਾਨ ਨੂੰ ਆਪਣੇ ਪੇਟ ਵਾਸਤੇ ਕੁਛ ਨਾ ਕੁਛ ਕਰਨਾ ਪੈਂਦਾ। ਜੇਕਰ ਸਾਨੂੰ ਸਰਕਾਰਾਂ ਰੁਜ਼ਗਾਰ ਦੇਣ, ਸਾਨੂੰ ਸਟ੍ਰੈਕ ਕਰਨ ਦੀ ਵੀ ਜ਼ਰੂਰਤ ਨਾ ਪਵੇ। ਹੁਣ ਤੱਕ ਰਸਤੇ ਦੇ ਵਿੱਚ ਬੱਸਾਂ ਦੀ ਆਵਾਜਾਈ ਠੱਪ ਕੀਤੀ ਗਈ ਹੈ ਜਾਂ ਫਿਰ ਨਹੀਂ? ਮੈਮ, ਕੁਛ ਬੱਸਾਂ ਐਸੀਆਂ ਨੇ ਜਿਹੜੀਆਂ ਹਰਿਆਣਾ ਰੋਡਵੇਜ਼ ਲਾ ਲਓ, ਹਿਮਾਚਲ ਰੋਡਵੇਜ਼ ਲਾ ਲਓ, ਪੰਜਾਬ ਰੋਡਵੇਜ਼ ਲਾ ਲਓ, ਇਹਨਾਂ ਦੀਆਂ ਬੱਸਾਂ ਕੁਛ ਨੇ ਜਿਹੜੀਆਂ ਯੂਨੀਅਨ ਲੈਵਲ 'ਤੇ ਬੰਦ ਨੇ। ਬਾਕੀ ਪ੍ਰਾਈਵੇਟ ਟਰਾਂਸਪੋਰਟ ਚੱਲ ਰਹੀ ਹੈ, ਕੋਈ ਆਵਾਜਾਈ ਬੰਦ ਨਹੀਂ ਹੈ। ਔਰ ਹਜੇ ਤੱਕ ਪਰਮਾਤਮਾ ਦਾ ਸ਼ੁਕਰ ਆ, ਕੋਈ ਐਸੀ ਗੱਲਬਾਤ ਨਹੀਂ ਹੋਈ ਜਿਹਦੇ ਨਾਲ ਕਿਸੇ ਨੂੰ ਕੋਈ ਨੁਕਸਾਨ ਪਹੁੰਚਾਇਆ ਹੋਵੇ। ਇੱਦਾਂ ਹੀ ਸ਼ਾਂਤੀਮਈ ਕੰਮ ਚੱਲੀ ਜਾਵੇ, ਕੋਈ ਦਿੱਕਤ ਨਹੀਂ ਹੈ। ਜਿਵੇਂ ਕਿ ਹਿੰਸਾ ਹੋਣ ਦਾ ਵੀ ਡਰ ਹੈ, ਤਾਂ ਇਸ ਦੇ ਵਿੱਚ ਸਵਾਰੀਆਂ ਦੀ ਸੁਰੱਖਿਆ ਦੇ ਲਈ ਕੁਛ ਪੁਖਤਾ ਪ੍ਰਬੰਧ ਕੀਤੇ ਗਏ ਨੇ? ਇਹ ਗੌਰਮੈਂਟ ਨੂੰ ਸੋਚਣਾ ਚਾਹੀਦਾ ਜੀ ਪੁਖਤਾ ਸੰਬੰਧ ਵਾਸਤੇ। ਜੇਕਰ ਗੌਰਮੈਂਟ ਹੀ ਇਸ ਚੀਜ਼ 'ਤੇ ਗੌਰ ਕਰੇ ਤਾਂ ਇਹ ਜਿਹੜੇ ਸਵਾਰੀਆਂ ਨੂੰ ਨੁਕਸਾਨ ਦੀ ਗੱਲ ਕਰਦੇ ਹੋ, ਇੱਥੇ ਤੱਕ ਤਾਂ ਗੱਲ ਜਾਣੀ ਹੀ ਨਹੀਂ ਚਾਹੀਦੀ। ਜੋ ਵੀ ਸਵਾਰੀਆਂ ਸਫ਼ਰ ਕਰ ਰਹੀਆਂ ਨੇ, ਹਰੇਕ ਕੋਈ ਨਾ ਕੋਈ ਮੁਸੀਬਤ 'ਚ ਘਰੋਂ ਨਿਕਲਦਾ, ਇਹੋ ਜਿਹੀ ਠੰਡ 'ਚ ਵੈਸੇ ਨਿਕਲਣ ਨੂੰ ਕਿਸ ਦਾ ਜੀ ਕਰਦਾ? ਹਰ ਮੰਤਰੀ ਹੈ, ਜੋ ਮੰਤਰੀ ਨੂੰ ਆਪਣੇ ਦਿਲ 'ਤੇ ਹੱਥ ਰੱਖ ਕੇ ਸੋਚਣਾ ਚਾਹੀਦਾ ਵੀ ਜੋ ਵੀ
ਅੱਜ ਕੱਲ੍ਹ ਹੋ ਰਿਹਾ, ਜੇਕਰ ਉਹਨਾਂ ਦੇ ਬੱਚਿਆਂ ਨਾਲ ਹੋਵੇ ਜਾਂ ਉਹਨਾਂ ਦੇ ਪਰਿਵਾਰ ਨਾਲ ਹੋਵੇ ਤਾਂ ਕੀ ਉਹ ਸਹੀ ਹੋਏਗਾ? ਅਸੀਂ ਤੁਹਾਨੂੰ ਲਗਾਤਾਰ ਤਸਵੀਰਾਂ ਦਿਖਾ ਰਹੇ ਹਾਂ ਲੁਧਿਆਣਾ ਦੇ ਬੱਸ ਸਟੈਂਡ ਦੀਆਂ, ਜਿੱਥੇ ਕਿ ਤੁਸੀਂ ਵੇਖ ਸਕਦੇ ਹੋ ਕਿ ਸਵਾਰੀਆਂ ਦੀ ਗਿਣਤੀ ਬਹੁਤ ਘੱਟ ਹੈ, ਪਰ ਹਾਂ ਆਵਾਜਾਈ ਆਪਣੇ ਨਿਯਮਿਤ ਰੂਪ ਦੇ ਨਾਲ ਹੋ ਰਹੀ ਹੈ। ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਕਿ ਜਿਵੇਂ ਪਹਿਲਾਂ ਸਵਾਰੀਆਂ ਦੀ ਭੀੜ ਹੁੰਦੀ ਸੀ ਬੱਸ ਸਟੈਂਡ ਦੇ ਵਿੱਚ, ਅੱਜ ਉਸ ਤਰ੍ਹਾਂ ਨਹੀਂ ਹੈ। ਸਵਾਰੀਆਂ ਦੀ ਜਿਹੜੀ ਗਿਣਤੀ ਹੈ ਬਹੁਤ ਜ਼ਿਆਦਾ ਘੱਟ ਹੈ। ਜਿਵੇਂ ਕਿ ਅੱਜ ਭਾਰਤ ਬੰਦ ਕਰਨ ਦਾ ਐਲਾਨ ਕੀਤਾ ਗਿਆ, ਤਾਂ ਆਵਾਜਾਈ ਦੇ ਵਿੱਚ ਕੁਛ ਅੜਚਣਾਂ ਆ ਰਹੀਆਂ ਨੇ, ਅਤੇ ਕੰਮ ਕਿਵੇਂ ਦਾ ਚੱਲ ਰਿਹਾ ਅੱਜ? ਕੰਮ ਤਾਂ ਮੈਡਮ ਬਹੁਤ ਬੁਰਾ ਹਾਲ ਆ ਜੀ, ਕੰਮ ਦਾ, ਭਾਰਤ ਬੰਦ ਦਾ ਸਾਰੇ ਦਾ ਅਸਰ ਆਈ। ਇਸ ਤਰ੍ਹਾਂ ਦਾ ਅਸਰ ਵੇਖਣ ਨੂੰ ਮਿਲ ਰਿਹਾ? ਅਸਰ ਤਾਂ ਜੀ ਹੁਣ ਸਾਡੇ ਹੁਣ ਠੇਕੇ 'ਤੇ ਗੱਡੀ ਲਈ ਵੀ ਆ, ਬਹੁਤ ਬੁਰਾ ਹਾਲ ਆ, ਸਵਾਰੀ ਨਹੀਂ ਹੈਗੀ, ਮਾਲਕ ਠੇਕਾ ਮੰਗਦੇ ਨੇ, ਮਹਿੰਗਾ ਹੀ, ਡੀਜ਼ਲ ਵੀ ਵੱਧ ਗਿਆ, ਡੀਜ਼ਲ 4 ਰੁਪਏ ਵੱਧ ਗਿਆ, ਮਹਿੰਗਾ ਹੋ ਗਿਆ, ਕਿਰਾਇਆ ਵੱਧ ਗਿਆ, ਉੱਪਰ ਸਵਾਰੀ ਨਹੀਂ ਹੈਗੀ, ਬਹੁਤ ਬੁਰਾ ਹਾਲ ਹੋਇਆ ਬਾਈ। ਮਤਲਬ ਕਿਸੇ ਨਾ ਕਿਸੇ ਤਰੀਕੇ ਨਾਲ ਨੁਕਸਾਨ ਹੋ ਰਿਹਾ ਤੁਹਾਡਾ? ਹਾਂਜੀ ਮੈਡਮ, ਨੁਕਸਾਨ ਹੀ ਹੋਣਾ, ਸਾਡਾ ਠੇਕੇ 'ਤੇ ਗੱਡੀਆਂ ਨੇ ਜੀ, ਨੁਕਸਾਨ ਆ ਸਾਡਾ। ਹੁਣ 4,000 ਰੁਪਏ ਠੇਕਾ ਦੇਣਾ, ਗੱਡੀ ਆਈ ਹੈ 2,500 ਰੁਪਏ 'ਚ, 4,000 ਦਾ ਡੀਜ਼ਲ ਖਾਂਦੀ ਹੈ ਗੱਡੀ, ਉਹ ਨੁਕਸਾਨ ਹੀ ਆ ਸਾਡਾ। ਅੱਜ ਸਵਾਰੀਆਂ ਦੀ ਗਿਣਤੀ ਕਿੰਨੀ ਕੁ ਹੈ ਮੈਡਮ? ਅੱਗੇ ਸਾਡੇ ਕੋਲ ਸਵਾਰੀਆਂ ਹੁੰਦੀਆਂ ਨੇ 50 ਸਵਾਰੀਆਂ ਹੁੰਦੇ ਨੇ, ਅੱਜ ਉਹੀ 20-15 ਬਸ। ਇਸਦੇ ਕਾਰਨ? ਹਾਂਜੀ ਇਸਦੇ ਕਾਰਨ ਬਸ ਆਈ ਜੀ, ਭਾਰਤ ਬੰਦ ਆਈ ਉਹਦੇ ਕਰਕੇ। ਲੋਕਾਂ ਨੂੰ ਡਰ ਹੈ ਕਿ ਕਿਤੇ ਉਹਨਾਂ ਦਾ ਨੁਕਸਾਨ ਨਾ ਹੋ ਜਾਵੇ? ਲੋਕਾਂ ਦੇ ਡਰ ਆਈ, ਹੁਣ ਕਹਿੰਦੇ 1 ਹਫ਼ਤਾ ਪਹਿਲਾਂ ਹੋ ਗਈ, 1 ਤਰੀਕ ਤੋਂ ਗਾਹ ਪੈ ਰਿਹਾ ਵੀ ਬੱਸਾਂ ਬੰਦ ਨੇ, ਲੋਕ ਘਰ ਤੋਂ ਬਾਹਰ ਨਹੀਂ ਨਿਕਲ ਰਹੇ, ਮਹਿੰਗਾਈ ਵੱਧ ਗਈ, ਸਾਰਾ ਕੁਛ ਵਧਿਆ ਬਾਈ, ਉਹਦੇ ਕਰਕੇ ਸਾਨੂੰ। ਇਸ ਦੇ ਬਾਰੇ ਫਿਰ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੋਗੇ, ਕਿਉਂਕਿ ਤੁਹਾਡਾ ਤਾਂ ਨੁਕਸਾਨ ਹੋ ਰਿਹਾ? ਮੈਂ ਸਰਕਾਰ ਨੂੰ ਹੁਣ ਕੀ ਕਹੀਏ ਮੈਡਮ, ਵੀ ਸਾਡੇ ਤਾਂ ਕਹਿੰਦੇ ਵੀ ਜਿਹੜੀ ਚੀਜ਼ਾਂ ਪਹਿਲਾਂ ਠੀਕ ਤੀ, ਹੁਣ ਮਹਿੰਗਾਈ ਘਟਾਓ ਥੋੜ੍ਹੀ ਮੋਟੀ, ਹੁਣ ਚੀਜ਼ਾਂ ਰੇਟ ਵੱਧਦਾ ਜਾਂਦਾ, ਉਹਨਾਂ ਨੂੰ ਘਟਾਉਣ ਤਾਂ ਕਿਤੇ ਗਰੀਬ ਆਦਮੀ ਨੂੰ ਰਾਹਤ ਮਿਲੂਗੀ ਜਾ ਕੇ। ਮਹਿੰਗਾਈ ਦੀ ਮਾਰ ਤਾਂ ਹਰੇਕ ਨੂੰ ਪੈ ਰਹੀ, ਹੁਣ ਡੀਜ਼ਲ ਵੱਧ ਗਿਆ, ਕਿਰਾਇਆ ਵੱਧ ਗਿਆ, ਸਾਰਾ ਕੁਛ ਵਧਾਏ ਰਹੇ ਨੇ, ਸਿਲੰਡਰ ਵੱਧ ਗਿਆ, ਸਾਰੀਆਂ ਚੀਜ਼ਾਂ ਵੱਧ ਰਹੀਆਂ ਨੇ। ਜਿੱਦਾਂ ਸਰਕਾਰ ਨੂੰ ਸਾਡੀ ਤਾਂ ਇਹੀ ਅਪੀਲ ਆ ਵੀ ਥੋੜ੍ਹੀ ਮੋਟੀ ਰਾਹਤ ਦੇਣ, ਗਰੀਬਾਂ ਨੂੰ ਵੀ ਦੇਣ, ਨਾਲ ਸਾਨੂੰ ਵੀ, ਸਾਡਾ ਵੀ ਕੰਮ ਚੱਲੇ। ਕਿਸ ਗੱਲ ਦਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ? ਰੇਹੜੀ ਫੜੀ ਵਾਸਤੇ ਹਮ ਮਜ਼ਦੂਰ ਲੋਕ ਪਰੇਸ਼ਾਨ ਹੋ ਰਹੇ ਹਾਂ। ਪਹਿਲੇ 800 ਰੁਪਏ ਜੁਰਮਾਨਾ ਕੀਆ, ਉਸਕੇ ਬਾਅਦ ਮੈਂ 3200 ਰੁਪਏ ਰੇਹੜੀ ਕਾ ਪਰਚੀ ਕਾਟ ਰਹੇ ਹੈ, ਇਸ ਲਈ ਹਮ ਫੁਟਪਾਥ ਪੇ ਲਗਾਤੇ ਹੈ, ਫਿਰ ਵੀ 3200 ਔਰ 3000 ਕੀ ਪਰਚੀ ਕਾਟੀ ਜਾ ਰਹੀ ਹੈ। ਪਰੇਸ਼ਾਨ ਇਤਨਾ ਕਰਤੇ ਹੈ ਕਿ ਕਾ ਬੋਲਤੇ ਕਹਤੇ ਅਗਰ ਅਗਰ ਰੇਹੜੀ ਨਹੀਂ ਦੋਗੇ, ਅਗਰ ਰੇਹੜੀ ਨਹੀਂ ਲੈ ਜਾਏਂਗੇ ਤੋ ਕਾ ਬੋਲਤੇ ਹੈ ਪਰਚੀ ਕਾਟਤੇ, ਉਸਪੇ ਗਾਲੀ ਵੀ ਦੇਤੇ ਹੈ ਔਰ ਜਬਰਦਸਤੀ ਰੇਹੜੀ ਉਠਾ ਕੇ ਲੈ ਜਾਤੇ ਹੈ। ਇਤਨਾ ਕਹਤੇ ਹੋਏ ਯੇ ਲੋਕ ਕਾ ਬੋਲਤੇ ਜਬਰਦਸਤੀ ਰੇਹੜੀ ਵੀ ਉਠਾਤੇ ਹੈ ਔਰ ਮਜ਼ਦੂਰ ਯੂਨੀਅਨ ਵਾਲੋ ਕੋ ਸਭ ਗਰੀਬੋਂ ਕੋ ਗਾਲੀ ਵੀ ਦੇਤੇ ਹੈ। ਗਾਲੀ ਦੇਣੇ ਕੇ ਬਾਅਦ ਮੈਂ ਅਗਰ ਪਰਚੀ ਦਿਖਾਓ ਤੋ ਕਹਤੇ ਹੈ ਪਰਚੀ ਕਟ ਗਈ ਹੈ, ਇਸੇ ਕੋਈ ਲੈਣਾ ਦੇਣਾ ਨਹੀਂ ਹੈ, ਹਮਕੋ ਤੋ ਯੇ ਹੈ ਉੱਪਰ ਸੇ ਆਰਡਰ ਆਇਆ ਹੈ ਮੈਨੇ ਉਠਾ ਕੇ ਲੈ ਕਰ ਜਾਣਾ ਰੇਹੜੀ। ਫੁਟਪਾਥ ਪੇ ਲਗਾਏ ਹੋਏ ਬੰਦੇ ਕੋ 3000 ਕੀ ਪਰਚੀ ਕਾਟਤੇ ਹੈ, ਗਰੀਬ ਬੰਦਾ ਕਹਾਂ ਸੇ 3000 ਕੀ ਪਰਚੀ ਕਟਾਏਗਾ, ਇਸ ਲਈ ਕਾ ਬੋਲਤੇ ਯੇ ਧਰਨਾ ਦਿਆ ਗਿਆ ਹੈ। ਬਾਕੀ ਮਜ਼ਦੂਰ ਯੂਨੀਅਨ ਕੇ ਤਰਫ ਸੇ ਯੇ ਹੈ ਕਿ ਕਾ ਬੋਲਤੇ ਹਰ ਬੰਦਾ ਸੁਖੀ ਰਹਿਣਾ ਚਾਹੀਏ। ਯੇ ਸਰਕਾਰ ਜੋ ਹੈ ਪੰਜਾਬ ਸਰਕਾਰ ਜੋ ਹੈ ਇਤਨਾ ਧੋਖੇਬਾਜ, ਇਤਨਾ ਗੱਦਾਰ ਔਰ ਇਤਨਾ ਕਾ ਬੋਲਤੇ ਉਹ ਕਰ ਰਹੀ ਹੈ ਕਿ ਹਰ ਮਜ਼ਦੂਰ ਕੋ ਕਾ ਬੋਲਤੇ ਤੰਗ ਕੀਆ ਜਾਤਾ ਹੈ, ਰੇਹੜੀ ਫੜੀ ਵਾਲੋ ਕੋ ਤੋ ਬਹੁਤ ਜ਼ਿਆਦਾ ਪਰੇਸ਼ਾਨ ਕੀਆ ਜਾਤਾ ਹੈ। 3000 ਕੀ ਪਰਚੀ ਕੱਟਤੀ ਹੈ, ਫਿਰ ਵੀ 5000 ਕੀ ਵੀ ਰੇਹੜੀ ਕੀ ਪਰਚੀ ਕੱਟੀ ਹੋਈ ਹੈ। ਆਟੋ ਵਾਲੋ ਕੋ 5000 ਕਾ ਜੁਰਮਾਨਾ ਕੀਆ ਜਾਤਾ ਹੈ, ਯਹਾਂ ਕੇ ਜਿਤਨੇ ਆਟੋ ਵਾਲੇ ਹੈ ਜਿਤਨੇ ਅਗਰ ਸਾਈਡ ਮੇ ਲਗਾਏ ਹੋਗੇ ਤੋ ਡੰਡਾ ਮਾਰੇਂਗੇ, ਉੱਪਰ ਸੇ ਗਾਲੀ ਦੇਂਗੇ ਆਟੋ ਵਾਲੋ ਕੋ, ਉਸਕੇ ਬਾਅਦ ਮੈਂ ਕਾ ਬੋਲਤੇ ਉਨਕੀ ਪਰਚੀ ਕੱਟਤੀ ਹੈ, ਚਾਲਾਨ ਹੋਤਾ ਉਨਕਾ ਔਰ ਫਿਰ ਵੀ ਕਾ ਬੋਲਤੇ ਕੋਈ ਸੁਣਵਾਈ ਨਹੀਂ ਹੈ। ਅਗਰ ਚੌਕੀ ਥਾਣੇ ਪੇ ਜਾਓ ਤੋ ਉਲਟਾ ਹਮਾਰੇ ਉੱਪਰ ਹੀ ਪਰਚਾ ਕੀਆ ਜਾਤਾ ਹੈ, ਕਿਸੀ ਕੋ ਲੈ ਕਰ ਜਾਓ ਤੋ ਕਹਤੇ ਹੈ ਯੇ ਉੱਪਰ ਸੇ ਆਰਡਰ ਹੈ, ਆਪ ਰੇਹੜੀ ਨਹੀਂ ਲਗਾ ਸਕਤੇ ਹੋ ਯਹਾਂ ਪੇ, ਅਗਰ ਸਾਈਡ ਮੇ ਲਗਾਏ ਹੈ ਫਿਰ ਵੀ ਪ੍ਰੋਬਲਮ, ਅਗਰ ਕਾ ਬੋਲਤੇ ਹੈ ਫੁਟਪਾਥ ਪੇ ਲਗਾਏ ਫਿਰ ਵੀ ਪ੍ਰੋਬਲਮ, ਯਹਾਂ ਕਾ ਬੋਲਤੇ ਰੇਹੜੀ ਫੜੀ ਵਾਲੋ ਕਾ ਕੋਈ ਜੀਨਾ ਹਰਾਮ ਕੀਆ ਹੁਆ ਹੈ।
किसी रेहड़ी फड़ी वालों को यहाँ लगने नहीं देते हैं, ऊपर से मारते भी हैं और पर्ची भी काटते हैं। ये लो जी, ਜਿਹੜੇ ਤੁਸੀਂ ਰੋਜ਼ ਪ੍ਰਦਰਸ਼ਨ ਕਰ ਰਹੇ ਹੋ, ਇਹਦੇ ਨਾਲ ਆਮ ਲੋਕਾਂ ਨੂੰ ਕਾਫੀ ਮੁਸ਼ਕਿਲ ਆ ਰਹੀਆਂ ਨੇ, ਇਸ ਫਿਰ ਸਰਕਾਰ ਨੂੰ ਕਿਵੇਂ ਤੁਸੀਂ ਆਪਣੀਆਂ ਜਿਹੜੀਆਂ ਸ਼ਿਕਾਇਤਾਂ ਪਹੁੰਚਾਉਣਾ ਚਾਹੁੰਦੇ? ਮੈਂ ਬਤਾ ਰਹਾ ਹੂੰ ਜੀ, ਇਸ ਲਈ ਜੀ ਲੋਕ ਪਰੇਸ਼ਾਨ ਹੋ ਰਹੇ ਹੈ, ਪਰੇਸ਼ਾਨ ਹੋ ਰਹੇ ਹੈ ਜੀ, ਪਬਲਿਕ ਪਰੇਸ਼ਾਨ ਹੋ ਰਹੀ ਹੈ। ਇਹ ਰੇਹੜੀ ਫੜੀ ਯੂਨੀਅਨ ਵਾਲੇ ਰੇਹੜੀ ਫੜੀ ਵਾਲੋਂ ਕੋ ਜਬ ਇਤਨਾ ਤੰਗ ਕਰੇਂਗੇ ਤੋ ਹਮ ਕਿਆ ਕਰੇਂਗੇ? ਅਗਰ ਹਮਾਰੇ ਲੀਏ ਪਬਲਿਕ ਪਰੇਸ਼ਾਨ ਹੋ ਰਹੀ ਹੈ ਤੋ ਹਮ ਤੋ ਆਪਣੇ ਬੱਚੋਂ ਕੇ ਨਿਵਾਲਾ ਵੀ ਛੋੜ ਰਹੇ ਹੈ, ਹਮਾਰੇ ਬੱਚੋਂ ਕਾ ਨਿਵਾਲਾ ਵੀ ਛੀਨਾ ਜਾ ਰਹਾ ਹੈ। ਅਗਰ ਹਮ 3,3200 ਪਰਚੀ ਨਹੀਂ ਕਟਾ ਪਾ ਰਹੇ ਤੋ ਹਮਾਰੀ ਰੇਹੜੀ ਵੀ ਲੈ ਕਰ ਜਾਤੇ ਹੈ, ਤੋ ਹਮ ਪਬਲਿਕ ਆਪਣੇ ਘਰੇ ਔਰ ਹਮ ਆਪਣੇ ਘਰੇ ਗਰੀਬ ਲੋਕ ਕਹਾਂ ਸੇ ਰੋਟੀ ਖਿਲਾਏਂਗੇ? ਇਸ ਪ੍ਰਦਰਸ਼ਨ ਦੇ ਵਿੱਚ ਹੋਰ ਜਥੇਬੰਦੀਆਂ ਵੀ ਸ਼ਾਮਿਲ ਹੋਣ ਲਈ ਆ ਗਈਆਂ ਨੇ। ਤੁਸੀਂ ਵੇਖ ਸਕਦੇ ਹੋ ਮੇਰੇ ਪਿੱਛੇ ਕਿ ਟ੍ਰੇਡ ਯੂਨੀਅਨ ਦੇ ਜੋ ਲੋਕ ਨੇ ਇਸ ਪ੍ਰਦਰਸ਼ਨ ਦੇ ਵਿੱਚ ਹਿੱਸਾ ਲੈਣ ਪਹੁੰਚ ਰਹੇ ਨੇ। ਨਹੀਂ ਚਲੇਗੀ, ਨਹੀਂ ਚਲੇਗੀ, ਹੋਸ ਮੇ ਆਓ, ਹੋਸ ਮੇ ਆਓ। ਸਰ ਆਪਕੀ ਕਿਆ ਮੰਗ ਹੈ ਯਹਾਂ ਪੇ? ਓਏ ਮੇ ਆਓ, ਹੋਸ ਮੇ ਆਓ। ਕੀਤਾ ਜਾ ਰਿਹਾ ਕਿ ਕਿਉਂ ਕੀਤਾ ਜਾ ਰਿਹਾ? ਇਹ ਇਸ ਕਰਕੇ ਕੀਤਾ ਜਾ ਰਿਹਾ ਕਿਉਂਕਿ ਮੋਦੀ ਸਰਕਾਰ ਐਂਟੀ ਟ੍ਰੇਡ ਯੂਨੀਅਨ ਕਰ ਰਹੀਆਂ ਨੇ। ਹਿੰਦੁਸਤਾਨ ਦੇ ਵਿੱਚ ਕਾਫੀ ਸਮੇਂ ਤੋਂ ਇਹ ਪ੍ਰੋਗਰਾਮ ਉਲੀਕਿਆ ਗਿਆ ਸੀ ਕਿ ਅਸੀਂ ਹਿੰਦੁਸਤਾਨ ਦੀਆਂ ਜਿਹੜੀਆਂ ਬਹੁਤ ਮੰਗਾਂ ਨੇ ਮਜ਼ਦੂਰਾਂ ਦੀਆਂ, ਮੁਲਾਜ਼ਮਾਂ ਦੀਆਂ, ਦੇਸ਼ ਵਿਆਪੀ ਕਾਫੀ ਸੀ। ਮੋਦੀ ਸਰਕਾਰ ਨੇ ਇਸ ਬਾਰੇ ਕਦੇ ਵੀ ਸੋਚਿਆ ਨਹੀਂ, ਕਦੇ ਇਸ ਨੇ ਕੋਈ ਸੁਝਾਅ ਨਹੀਂ ਦਿੱਤਾ, ਕਦੇ ਇਸ ਨੇ ਇਹ ਨਹੀਂ ਸੋਚਿਆ ਵੀ ਅਸੀਂ ਇਹਨਾਂ ਸਾਰੀਆਂ ਟ੍ਰੇਡ ਯੂਨੀਅਨ ਨੂੰ ਇੱਕ ਟੇਬਲ 'ਤੇ ਬੈਠ ਕੇ ਬਿਠਾ ਕੇ ਇਹਨਾਂ ਦੀ ਗੱਲ ਸੁਣੀਏ, ਔਰ ਜਿਹਦੇ ਵਿੱਚ ਦੇਸ਼ ਦੀ ਭੁੱਖਮਰੀ ਔਰ ਹੋਰ ਬਹੁਤ ਸਾਰੀਆਂ ਪ੍ਰੋਬਲਮਾਂ ਹੈਗੀਆਂ ਨੇ, ਔਰ ਅਸੀਂ ਇਹ ਕਹਾਂਗੇ ਕਿ ਇਸੇ ਕਰਕੇ ਅਸੀਂ ਇਹ ਸਾਰੀਆਂ ਹੀ ਟ੍ਰੇਡ ਯੂਨੀਅਨਾਂ ਜਿਹੜੀਆਂ ਹੈਗੀਆਂ ਉਹ ਹੜਤਾਲ 'ਤੇ ਗਈਆਂ ਨੇ। ਅੱਜ ਬੈਂਕ ਕਰਮਚਾਰੀ, ਬਿਜਲੀ ਮੁਲਾਜ਼ਮ, ਹੈਲਥ, ਰੋਡਵੇਜ਼, ਪਬਲਿਕ ਹੈਲਥ, ਹੋਰ PRTC, ਇਹ ਸਾਰੇ ਜਿਹੜੇ ਮਹਿਕਮੇ ਨੇ ਅੱਜ ਹੜਤਾਲ 'ਤੇ ਨੇ। ਪੇਂਡੂ ਮਜ਼ਦੂਰ ਯੂਨੀਅਨਾਂ ਜੋ ਹੈਗੀਆਂ ਨੇ ਉਹ ਵੀ ਅੱਜ ਹੜਤਾਲ 'ਤੇ ਨੇ। ਜਗਰਾਓਂ ਕਿਸਾਨ ਯੂਨੀਅਨਾਂ ਉਹ ਹਿੰਦੁਸਤਾਨ ਲੈਵਲ 'ਤੇ ਅੱਜ ਸੰਘਰਸ਼ ਕਰ ਰਹੀਆਂ ਨੇ। ਕਿਉਂ ਕਰ ਰਹੀਆਂ ਨੇ? ਉਹ ਇਸ ਕਰਕੇ ਕਿਉਂਕਿ ਮੋਦੀ ਸਰਕਾਰ ਇੱਕ ਨਾਕਾਮ ਸਰਕਾਰ ਹੈ, ਲੋਕਾਂ ਨੂੰ ਖਤਮ ਕਰਨਾ ਚਾਹੁੰਦੀ ਆ, ਪਬਲਿਕ ਸੈਕਟਰ ਨੂੰ ਖਤਮ ਕਰਨਾ ਚਾਹੁੰਦੀ ਆ। ਸੋ ਅਸੀਂ ਇਹ ਚਾਹੁੰਦੇ ਹਾਂ ਵੀ ਪਬਲਿਕ ਸੈਕਟਰ ਨੂੰ ਜਾਂ ਹੋਰ ਜਿਹੜੀਆਂ ਵੀ ਮਜ਼ਦੂਰਾਂ ਦੀਆਂ, ਗਰੀਬ ਆਦਮੀਆਂ ਦੀਆਂ, ਗਰੀਬ ਕਿਸਾਨਾਂ ਦੀਆਂ, ਗਰੀਬ ਮੁਲਾਜ਼ਮਾਂ ਦੀਆਂ ਜਿਹੜੀਆਂ ਮੰਗਾਂ ਨੇ ਜਾਇਜ਼, ਉਹ ਮੰਨੀਆਂ ਜਾਣ। ਜੈ ਹਿੰਦ। ਥੈਂਕ ਯੂ। ਪ੍ਰਦਰਸ਼ਨਕਾਰੀਆਂ ਦੀ ਗਿਣਤੀ ਜ਼ਿਆਦਾ ਆ, ਪੁਲਿਸ ਮੁਲਾਜ਼ਮਾਂ ਦੀ ਗਿਣਤੀ ਘੱਟ ਹੈ, ਬਾਏ ਚਾਂਸ ਹਿੰਸਾ ਹੁੰਦੀ ਹੈ ਤਾਂ ਸੁਰੱਖਿਆ ਦੇ ਕੀ ਪ੍ਰਬੰਧ ਨੇ? ਪੁਲਿਸ ਬਹੁਤ ਆ ਪਰ ਦਿਖਾਈ ਨਹੀਂ ਦੇ ਰਹੀ ਇੱਥੇ। ਬਹੁਤ ਹਾਜ਼ਰ ਆ, ਬਹੁਤ ਜ਼ਿਆਦਾ ਹਾਜ਼ਰ ਆ, 197 ਬੰਦੇ। ਪਰ 197 ਬੰਦੇ ਦੀ ਗਿਣਤੀ ਦਿਖਾਈ ਨਹੀਂ ਦੇ ਰਹੀ, ਇੱਦਾਂ ਲੱਗ ਰਿਹਾ ਕਿ ਸਾਈਡ 'ਤੇ ਨਾ ਪੁਆਇੰਟ ਜਿਵੇਂ ਕਿ ਇੱਥੇ ਜ਼ਿਆਦਾ ਹੋਣੀ ਚਾਹੀਦੀ ਕਿਉਂਕਿ ਕਿਸੇ ਵੀ ਟਾਈਮ ਉਹ ਹਿੰਸਾ ਹੋ ਸਕਦੀ ਹੈ। ਨਹੀਂ ਹੋ ਸਕਦੀ, ਅਗਰ ਬਾਏ ਚਾਂਸ ਮੰਨ ਲਵੋ ਹੋ ਜਾਵੇ ਤਾਂ ਫਿਰ ਬੰਦੇ ਬਹੁਤ ਨੇ, ਮੁਲਾਜ਼ਮ ਬਹੁਤ ਨੇ, ਇੰਪਲਾਈਜ਼ ਬਹੁਤ ਨੇ, ਅਰੇਂਜਮੈਂਟ ਬਹੁਤ, ਇੰਪਲਾਈਜ਼ ਬਹੁਤ ਲੱਗੇ, 197 ਮੁਲਾਜ਼ਮ ਨੇ। ਜਿਵੇਂ ਕਿ ਦੱਸਿਆ ਜਾ ਰਿਹਾ ਕਿ ਬੱਸ ਸਟੈਂਡ ਦੇ ਆਸੇ ਪਾਸੇ 197 ਮੁਲਾਜ਼ਮ ਜੋ ਤਾਇਨਾਤ ਕੀਤੇ ਗਏ ਨੇ ਸੁਰੱਖਿਆ ਦੇ ਲਈ, ਇਸ ਟਾਈਮ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਸਰਕਾਰ ਦੀਆਂ ਕੋਝੀਆਂ ਨੀਤੀਆਂ ਦੇ ਖਿਲਾਫ ਕੀਤਾ ਜਾ ਰਿਹਾ ਹੈ। ਇਸ ਟਾਈਮ ਮੈਂ ਮੌਜੂਦ ਹਾਂ ਲੁਧਿਆਣਾ ਦੇ ਮਾਡਲ ਟਾਊਨ ਦੇ ਵਿੱਚ, ਪੰਜਾਬ ਨੈਸ਼ਨਲ ਬੈਂਕ ਦੇ ਬਾਹਰ। ਤੁਸੀਂ ਵੇਖ ਸਕਦੇ ਹੋ ਕਿ ਬੈਂਕ ਜੋ ਹੈ ਬੰਦ ਕੀਤੀ ਗਈ ਹੈ ਅਤੇ ਲੋਕ ਵਾਪਸ ਮੁੜ ਮੁੜ ਕੇ ਜਾ ਰਹੇ ਨੇ, ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਇੱਥੇ ਮੇਰੇ ਨਾਲ ਕੁਝ ਲੋਕ ਹੋਰ ਵੀ ਮੌਜੂਦ ਨੇ, ਉਹਨਾਂ ਤੋਂ ਪੁੱਛਦੇ ਹਾਂ ਕਿ ਉਹਨਾਂ ਨੂੰ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਜੋ ਹੈ ਕਰਨਾ ਪੈ ਰਿਹਾ ਬੈਂਕ ਬੰਦ ਹੋਣ ਦੇ ਕਾਰਨ।
ਬੈਂਕ ਬੰਦ ਹੈ, ਤੁਸੀਂ ਕੋਈ ਕੰਮ ਲਈ ਆਏ ਸੀ ਬੈਂਕ? ਹਾਂਜੀ, ਕਿਰਾਇਆ ਦੇਣਾ ਸੀਗਾ ਤਾਂ ਕਰਕੇ ਆਏ ਸੀਗੇ। ਅਤੇ ਤੁਹਾਡਾ ਜ਼ਰੂਰੀ ਕੰਮ ਸੀਗਾ? ਹਾਂਜੀ। ਅਤੇ ਤੁਹਾਨੂੰ ਫਿਰ ਦਿੱਕਤਾਂ ਦਾ ਜੋ ਹੈ ਸਾਹਮਣਾ ਕਰਨਾ ਪੈ ਰਿਹਾ? ਜੀ ਜੀ ਜੀ। ਕੀ ਕਹਿਣਾ ਚਾਹੋਗੇ ਇਸਦੇ? ਹਾਂ, ਇਹ ਹੀ ਚਾਹੁੰਦੇ ਅਸੀਂ ਕਿ ਬੈਂਕ ਜਲਦ ਸੇ ਜਲਦ ਖੁੱਲ੍ਹੇ। ਬਸ ਆਸਾਂ ਨੂੰ ਨਿਕਾਲ ਲੈਂਦੇ ਸਭ ਕੁਛ, ਹਮ ਚਾਹਤੇ ਕਿ ਬੈਂਕ ਖੁੱਲ੍ਹੇ ਔਰ ਆਸਾਂ ਨੂੰ ਸਭ ਕੁਛ ਸਹੀ ਹੋ ਜਾਏ ਨਾ। ਬੰਦ ਹੋਣੇ ਸੇ ਬੜੀ ਸਮੱਸਿਆ ਔਰ ਪ੍ਰੋਬਲਮ ਹੋ ਰਿਹਾ ਹੈ। ਕੁਛ ਨਹੀਂ, ਮੈਂ ਤਾਂ ਬੜੀ ਦੂਰੋਂ ਆਇਆ ਸੀਗਾ। ਤੁਹਾਨੂੰ ਦਿੱਕਤ ਆ ਰਹੀ ਹੈ? ਹਾਂਜੀ ਹਾਂਜੀ, ਮੈਨੂੰ ਤਾਂ ਕਾਫੀ ਟਾਈਮ ਤੋਂ ਦਿੱਕਤ ਆ ਰਹੀ ਹੈ ਇਸ ਬੈਂਕ ਤੋਂ। ਮੈਂ ਇੱਕ ਏਟੀਐਮ ਅਪਲਾਈ ਕੀਤਾ ਸੀਗਾ 8ਵੇਂ ਮਹੀਨੇ ਦਾ, ਹਜੇ ਤੱਕ ਏਟੀਐਮ ਨਹੀਂ ਮਿਲਿਆ ਮੈਨੂੰ। ਮੈਂ ਉਸਦੇ ਬਾਰੇ ਪਤਾ ਕਰਨ ਆਇਆ ਸੀ ਪਰ ਬੈਂਕ ਹੀ ਬੰਦ ਵਾ। ਤੁਹਾਨੂੰ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ? ਇਹ ਮੁਸ਼ਕਿਲਾਂ ਹੀ ਹੈ, ਕਰ ਕਿਹੜੀ ਤਾਂ ਨਹੀਂ ਗਏ, ਸਾਰੀਆਂ ਮੁਸ਼ਕਿਲਾਂ ਦਾ ਹੀ ਸਾਹਮਣਾ ਕਰਨਾ ਪੈ ਰਿਹਾ। ਇਹ ਕੋਈ ਵੇ ਨਹੀਂ ਹੈ ਪ੍ਰੋਟੈਸਟ ਦਾ, ਕੋਈ ਹੋਰ ਅਦਰ ਅਲਟਰਨੇਟਿਵ ਕੋਈ ਮਤਲਬ ਪ੍ਰੋਟੈਸਟ ਦਾ, ਪਬਲਿਕ ਨੂੰ ਹਰਾਸ ਕਰਕੇ ਕੋਈ ਮਤਲਬ ਇਹ ਨਹੀਂ ਹੈ, ਪਬਲਿਕ ਨੂੰ ਹਰਾਸਮੈਂਟ ਕਰਕੇ ਕੋਈ ਕੋਈ ਹੋਰ ਮਈਅਰ ਮਤਲਬ ਹੋਣਾ ਚਾਹੀਦਾ ਇਸਦਾ। ਜਿੱਥੇ ਇੱਕ ਪਾਸੇ ਪ੍ਰਦਰਸ਼ਨਕਾਰੀਆਂ ਵੱਲੋਂ ਸਰਕਾਰ ਦੀਆਂ ਕੋਝੀਆਂ ਨੀਤੀਆਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਆਵਾਜਾਈ ਠੱਪ ਕੀਤੀ ਜਾ ਰਹੀ ਹੈ, ਬੈਂਕਾਂ ਬੰਦ ਕੀਤੀਆਂ ਜਾ ਰਹੀਆਂ ਨੇ, ਉੱਥੇ ਹੀ ਆਮ ਲੋਕਾਂ ਦਾ ਕਹਿਣਾ ਕਿ ਕਿਸੇ ਹੋਰ ਤਰੀਕੇ ਨਾਲ ਵੀ ਪ੍ਰੋਟੈਸਟ ਕੀਤਾ ਜਾ ਸਕਦਾ ਸੀ। ਇਸ ਤਰ੍ਹਾਂ ਕਰਨ ਨਾਲ ਆਮ ਲੋਕਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਨੇ। ਲੁਧਿਆਣਾ ਤੋਂ ਕੈਮਰਾਮੈਨ ਅਮਿਤ ਖੰਨਾ ਦੇ ਨਾਲ ਮੈਂ ਸਿਮਰਨ ਕੌਰ।